ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਧਰਮ ਦਾ ਖੰਡਨ ਨਹੀਂ ਹੈ, ਕੇਵਲ ਪਖੰਡ ਦਾ ਖੰਡਨ ਹੈ। ਕਿਸੇ ਧਰਮ ਵਿੱਚ ਵੀ ਪਖੰਡ ਹੋਵੇ, ਤੇ ਅੱਜ ਕੱਲ ਇਹ ਪਖੰਡ ਈਸਾਈ ਮਤ ਵਿੱਚ ਬੜਾ ਚੱਲ ਰਿਹਾ ਹੈ, ਤੁਹਾਡੇ ਇਲਾਕੇ 'ਚ ਤੇ ਫਿਰ ਜ਼ਿਆਦਾ ਹੀ ਹੈ। ਮੈਂ ਦੋਵੇਂ ਪਾਸੇ ਤੁਹਾਡੇ ਸਾਹਮਣੇ ਰੱਖ ਦੇਣੇ ਨੇ, ਈਸਾਈ ਧਰਮ ਤੇ ਸਿੱਖ ਧਰਮ। ਫੈਸਲਾ ਤੁਸੀਂ ਕਰਨਾ ਹੈ ਵੀ ਕਿੱਧਰ ਨੂੰ ਜਾਣਾ। ਮੇਰੀ ਆਦਤ ਨਹੀਂ ਹੈ ਵੀ ਮੈਂ ਰੱਸੀ ਪਾ ਕੇ ਖਿੱਚਦਾ ਫਿਰਾਂ ਤੁਹਾਨੂੰ ਵੀ ਇੱਧਰ ਆ ਜਾਓ ਇੱਧਰ ਆ ਜਾਓ। ਗੁਰੂ ਨਾਨਕ ਦੀ ਸਿੱਖੀ ਭਾਗਾਂ ਨਾਲ ਮਿਲਦੀ ਹੈ, ਤੇ ਜਿਹਦੇ ਚੰਗੇ ਭਾਗ ਹੈ ਉਹਦੇ ਵਿਹੜੇ ਵਿੱਚ ਹੀ ਸਿੱਖੀ ਦਾ ਬੂਟਾ ਰਹਿੰਦਾ ਹੈ, ਤੇ ਜਿਹਦੇ ਮੰਦੇ ਭਾਗ ਨੇ ਨਾ ਉਹ ਸਿੱਖੀ ਨੂੰ ਪਿੱਠ ਨਹੀਂ ਦਿੰਦਾ, ਉਹਨੂੰ ਸਿੱਖੀ ਪਿੱਠ ਦੇ ਜਾਂਦੀ ਹੈ। ਤੁਹਾਨੂੰ ਭੁਲੇਖਾ ਹੈ ਵੀ ਸਿੱਖੀ ਛੱਡ ਕੇ ਚਲੇ ਗਏ, ਨਹੀਂ, ਸਿੱਖੀ ਨੇ ਛੱਡਿਆ ਇਹਨਾਂ ਲੋਕਾਂ ਨੂੰ ਜਿਹੜੇ ਮਾਇਆ ਤੇ ਡਿੱਗ ਪੈਂਦੇ ਨੇ। ਰੋਗ ਤੇ ਸੋਗਾਂ ਵਿੱਚ ਬੰਦਾ ਦੁਖੀ ਹੈ, ਕਹਿੰਦੇ ਜੀ ਉਹ ਈਸਾਈ ਮਤ ਦੇ ਲੋਕ ਕਹਿੰਦੇ ਨੇ ਆਓ ਸਾਡੀ ਸਭਾ 'ਚ ਬਾਹਾਂ ਖੜੀਆਂ ਕਰੋ, ਜਿਨ੍ਹਾਂ ਦੇ ਪੱਥਰੀਆਂ ਨੇ, ਜਿਨ੍ਹਾਂ ਨੂੰ ਕੈਂਸਰ ਹੈ, ਆ ਰੋਗ ਨੇ, ਜੀਸਸ ਦੇ ਨਾਂ ਤੇ ਜਾਓ, ਤੁਹਾਡੀ ਅੱਜ ਹੀ ਕੈਂਸਰ ਖਤਮ, ਪੱਥਰੀਆਂ ਖਤਮ। ਇਹ ਵੱਡਾ ਪਖੰਡ ਹੈ। ਮੈਂ ਜੀਸਸ ਕ੍ਰਾਈਸਟ ਤੇ ਤਰਕ ਨਹੀਂ ਕਰਦਾ, ਉਹ ਮਹਾਂਪੁਰਸ਼ ਹੈ ਤੇ ਮਹਾਂਪੁਰਸ਼ਾਂ ਕੋਲ ਕਰਾਮਾਤ ਹੁੰਦੀ ਹੈ, ਉਹ ਕਿਸੇ ਵੀ ਧਰਮ ਦੇ ਹੋਣ। ਬਾਣੀ ਕਹਿੰਦੀ ਹੈ ਅਸ਼ਟ ਸਿੱਧ ਨਾਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਰਿਧੀਆਂ ਸਿੱਧੀਆਂ ਮਿਰੈਕਲਸ ਸੁਪਰਨੈਚੁਰਲ ਪਾਵਰਸ ਇਹ ਹੈਨ ਮਹਾਂਪੁਰਸ਼ਾਂ ਦੇ ਕੋਲ, ਔਰ ਜਿਹੜਾ ਧਿਆਉਂਦਾ ਹੈ ਸੱਚੇ ਮਨੋ ਰੱਬ ਨੂੰ ਉਹਦੇ ਰੋਗ ਹਟ ਜਾਂਦੇ ਨੇ, ਕੋਈ ਦੋ ਰਾਏ ਨਹੀਂ। ਪਰ ਮੈਂ ਦਾਵਾ ਨਹੀਂ ਕਰ ਸਕਦਾ ਇੱਥੇ ਗੁਰੂ ਦੀ ਹਜ਼ੂਰੀ 'ਚ ਜਿੰਨੇ ਆਏ ਉਹ ਬਾਹਾਂ ਲਾਰੋ, ਜਿੰਨਿਆਂ ਦੇ ਪੱਥਰੀਆਂ ਨੇ ਮੈਂ ਹੁਣੇ ਆਖਣ ਲੱਗਾ ਹੈ ਸਾਰਿਆਂ ਦੀਆਂ ਪੱਥਰੀਆਂ ਨਿਕਲ ਜਾਂਦੇ ਆ। ਵੱਡਾ ਪਖੰਡ ਹੈ। ਰੋਗ ਉਹਨਾਂ ਦੇ ਮਿਟਣੇ ਨੇ ਜਿਨ੍ਹਾਂ ਅੰਦਰ ਧਰਮ ਪ੍ਰਤੀ ਪਰਮੇਸ਼ਰ ਪ੍ਰਤੀ ਭਾਵਨਾ ਹੈ ਤੇ ਜਿਹੜੇ ਨਾਮ ਜਪਦੇ ਨੇ। ਤੁਸੀਂ ਕਿੰਨੀਆਂ ਰੋਜ਼ ਦੀ ਰੋਜ਼ ਵੀਡੀਓ ਵੇਖਦੇ ਹੋ, ਹਰਿਮੰਦਰ ਸਾਹਿਬ ਚੁੱਭੀ ਲਾ ਕੇ ਕੋਈ ਕਹਿੰਦਾ ਮੇਰਾ ਕੈਂਸਰ ਹਟ ਗਿਆ, ਰੋਗ ਸੋਗ ਹਟ ਗਏ। ਸਾਰਿਆਂ ਦੇ ਨਹੀਂ ਹਟੇ ਜਿਹਦੀ ਭਾਵਨਾ ਹੈ। ਤੋ ਇਹ ਦਾਵਾ ਗਲਤ ਹੈ ਪਾਸਟਰਾਂ ਦਾ ਵੀ ਸਾਰਿਆਂ ਦੇ ਰੋਗ ਹਟਾ ਦਾਂਗੇ ਇੱਥੇ ਆ ਜਾਓ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਜੋ ਈਸਾਈ ਮਤ ਦਾ ਸਭ ਤੋਂ ਵੱਡਾ ਇਸ ਵੇਲੇ ਆਗੂ ਹੈ ਪੋਪ ਇਟਲੀ 'ਚ ਹੈ ਨਾ, ਉਹ ਵੀਲ ਚੇਅਰ 'ਤੇ ਹੈ, ਕਰੋ ਖਾਂ ਉਹਦੇ ਗੋਡੇ ਸਿੱਧੇ, ਨਹੀਂ ਹੋਏ। ਸੋ ਗੱਲ ਇਹ ਹੈ, ਭਾਵਨਾ ਹੈ ਤੇ ਦੂਰ ਦਰੇਡੇ ਵੀ ਤੂੰ ਹਰਿਮੰਦਰ ਸਾਹਿਬ ਤੋਂ ਰਹਿਣਾ ਹੈ, ਇਸ਼ਨਾਨ ਕਰ ਜਾਈਂ, ਬਾਣੀ ਸੁਣ ਜਾਈਂ, ਪੜ੍ਹ ਜਾਈਂ ਤੇ ਤੇਰੇ ਰੋਗ ਸੁੱਗ ਹਟਣਗੇ। ਭਾਵਨਾ ਨਹੀਂ ਤੇ ਕਈ ਉੱਥੇ ਰੋਜ਼ ਸੇਵਾ ਕਰਨ ਵਾਲਿਆਂ ਨੂੰ ਵੀ ਰੋਗਾਂ ਨੇ ਜਕੜਿਆ ਹੋਇਆ ਹੈ। ਤੋ ਇਹ ਗੱਲ ਭਾਵਨਾ ਤੇ ਸ਼ਰਧਾ ਤੇ ਟਿੱਕੀ ਹੁੰਦੀ ਹੈ। ਯਾਦ ਰੱਖਿਓ ਗੁਰੂ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ। ਗੁਰੂ ਨਾਨਕ ਗੁਰੂ ਰਾਮਦਾਸ ਵਰਗਾ ਕੋਈ ਰਹਿਬਰ ਨਹੀਂ, ਕੋਈ ਪੀਰ ਫਕੀਰ ਨਹੀਂ, ਗੁਰ ਅੰਮ੍ਰਿਤ ਨਾਮ ਪਿਆਲਿਆ, ਜਨਮ ਮਰਨ ਕਾ ਪੱਥ ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁਖ ਲੱਥ। ਇੱਥੇ ਸ਼ਰਤ ਹੈ ਜਿਹੜਾ ਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਸੇਵਾ ਕਰੇਗਾ ਦੁੱਖ ਉਹਦੇ ਦੂਰ ਹੋਣੇ ਨੇ, ਗੱਲਾਂ ਨਾਲ ਦੂਰ ਨਹੀਂ ਹੋਣੇ ਦੁੱਖ। ਤੇ ਹੁਣ ਆਪਾਂ ਤਾਕਤ ਹੀ ਵੇਖ ਲੈਂਦੇ ਹਾਂ ਕਿਹੜੇ ਮਹਾਂਪੁਰਸ਼ ਵਿੱਚ ਕਿੰਨੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਉਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ? ਕਿੰਨੇ ਸ਼ਹੀਦ ਨੇ? ਹਰੇਕ ਨੂੰ ਨਹੀਂ ਕਿਹਾ ਗਿਆ ਵੀ ਇਹ ਸਰਤਾਜ ਹੈ। ਮੈਂ ਦੱਸਦਾ ਕਿਉਂ ਕਿਹਾ ਗਿਆ। ਜੀਸਸ ਕ੍ਰਾਈਸਟ ਵੀ ਸ਼ਹੀਦ ਨੇ, ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ ਉਹਨਾਂ ਨੂੰ। ਇਹ ਫੈਸਲਾ ਤੁਸੀਂ ਕਰਨਾ ਹੈ, ਅਜ਼ਮਤ ਕਿੱਥੇ ਵੱਧਦਾ ਹੈ। ਔਰ ਮੈਂ ਕੋਈ ਕੋਲੋਂ ਸਾਖੀ ਨਹੀਂ ਸੁਣਾਉਣੀ ਜੀਸਸ ਕ੍ਰਾਈਸਟ ਦੀ, ਜੋ ਬਾਈਬਲ ਵਿੱਚ ਲਿਖਿਆ ਉਹੀ ਦੱਸਾਂਗਾ ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਉਹੀ ਦੱਸਾਂਗਾ। ਮੈਂ ਬਾਈਬਲ ਪੜ੍ਹੀ ਹੈ, ਜਿੱਥੇ ਮਰਜ਼ੀ ਕੋਈ ਇਹਨਾਂ ਦਾ ਪਾਦਰੀ ਚਰਚਾ ਕਰ ਸਕਦਾ, ਖੁੱਲ੍ਹਾ ਸੱਦਾ।
पर चर्चा वह करे जिन्हें ध्यान नाल पढ़ी है। जदों न्यू टेस्टामेंट पढ़ते हैं ना, सलीप दे उत्ते महापुरश जीसू मसीह नूं चढ़ाया जाता है। अंग्रेजी दे बोल ने, मैं फिर अर्थ कर दिना, ऑन द माउंट ऑफ ऑलिव्स जीसस नेल्ट एंड प्रेड टू गॉड। जीसस क्राइस्ट जदों सूली ते सलीब ते टंगे सन, बड़े बड़े किल जालमा ने उन्हां दे शरीर विच खबो के टंगिया होया सी, ते अखां भरियां वै आके अकाल पुरख नूं, खुदा नूं, लॉर्ड नूं, रब नूं कहिंदे, प्लीज टेक दिस कप ऑफ सफरिंग अवे फ्रॉम मी, येट आई वॉन्ट योर विल नॉट माइन। ओ परमात्मा, मैं तेरे हुक्म विच चलिया, मैं तेरे नाल लोकाई नूं जोड़िया, तेरा नाम जपाया, मेरे भागां विच दुख आ गया, आ पीड़ दा प्याला मेथों नहीं चलिया जा रहा, ये दर्द निवार दे मेरा। दर्द होया है जीसस क्राइस्ट नूं, हुण तैनू दसा शहीदां दे सरताज दी करामात। मुर्तजा खान दे हथी गिरफ्तार करवा दिता भारत दे बादशाह जहांगीर ने गुरु अर्जन साहब नूं। हुक्म होया सियासत ते यासा दे तहत इहदा लहू साड़ के इहदा कतल करना है। मुर्तजा खान पासों चंदू गुरु अर्जन साहब नूं लैके हवेली टिक गया, देग उबाली गई, चाकरां नूं कह के कहिंदा उठाओ गुरु अर्जन नूं, पानी दी उबलदी देग च बिठा दिओ, इहदी होश टिकाणे आ जावे। ऐ गुरु अर्जन, जे मौत तों बचना है ते रस्ता है इस्लाम कबूल करो, दीने इस्लाम विच आ जाओ, मौत नहीं आवेगी। गुरु अर्जन साहब कहिंदे नहीं, अकाल पुरख ने सिख जगत विच रखिया है ए उपासना सेवा सिमरन दा रस्ता, इहदे ते ही अकाल खुश रहिंदा है। होर कर्म कांडा विच, होर कलाम पढ़न विच असी नहीं पैणा, असी ते अकाल दी उस्तति करदे हां, धर्म नहीं छड्डांगा। ते चाकरां नूं ना कह चंदू तू बाप करन लगा, क्यों भागीदार बनाउणा, मैनू कोई मौत दा डर है, मैं उबलदी देग विच आप बवांगा। गुरप्रताप सूरज ग्रंथ दे बोल ने, कहे चाकर सो देव उबारी, पकरो देहो तिसी मैं नारी, तब सतगुर उन तब सतगुर उठ आपे गए, तबत नीर मह बैठत भय, महाराज आप उठ के उबलदी देग विच बह गए। शरीर उबल गया आलूआं वांगू, ईन मनो कहिंदे नहीं, चंदू कहिंदा तवी तती करो, लकड़ां ततियां तवी तती, सीस विच तत्ता रेता पाया गया, दीने इस्लाम विच आ जाओ, जान बच सकदी है। सारे ही तत्ते ने मुर्तजा खान चंदू समेत, जे कोई ठंडा है ते खुद खुदा गुरु अर्जन ठंडा है। अल्लाह यार खां मुसलमान गवाही भरदा, मैं कली सिखां दी गल ना करां, क्योंकि तर्क हो सकदा लै सिख अपने गुरु दी वड्याई वधा चढ़ा के करदे ने। अल्लाह यार खां लिखदा, अकबर भी पयाद मेरे दरबार में आया, बरकत ने मेरी फतह था असाम कराया, मैंने बुतो बुत खाना खुदाई बुलाया, भगवान का घर मैंने ही मस्जिद था बनाया, बालू की तपी रेत मेरे तन पे पड़ी थी, मैं वो हूं उबलने पे भी उफ तक ना की थी। ए गुरु अर्जन ओ है उबलदी देग तती तवी, तती रेत भी एदे शीश ते पै गई, पर एदे गलुए चों उफ नहीं निकलिया, सी नहीं निकलिया,
ਇਹਨੇ ਨਹੀਂ ਆਖਿਆ ਪਰਮਾਤਮਾ ਨੂੰ ਵੀ ਦਰਦ ਦਾ ਪਿਆਲਾ ਝੱਲਿਆ ਨਹੀਂ ਜਾਂਦਾ ਪਰਾਂ ਕਰ ਲੈ। ਇੱਥੇ ਹੋਣਗੇ ਪੈਗੰਬਰ, ਹੋਣਗੇ ਖੁਦਾਇਆ ਦੇ ਬੱਚੇ। ਇਹ ਖੁਦਾ ਆਪ ਸੀ, ਇਹਨੂੰ ਰੰਚਕ ਮਾਤਰ ਵੀ ਦਰਦ ਨਹੀਂ। ਆਪਣੇ ਨਿਰਗੁਣ ਸਰੂਪ ਨੂੰ ਕਹਿ ਰਿਹਾ ਸੀ, ਤੇਰਾ ਕੀਆ ਮੀਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੈ। ਤੇ ਹੁਣ ਮੈਨੂੰ ਦੱਸੋ ਉਧਰ ਜਾਣਾ ਜੇ ਜਿੱਥੇ ਦਰਦ ਹੈ, ਕਿ ਉਧਰ ਜਾਣਾ ਜੇ ਜਿੱਥੇ ਰੰਚਕ ਮਾਤਰ ਵੀ ਦਰਦ ਨਹੀਂ ਹੈ। ਤੇ ਜਿਹੜਾ ਆਪ ਦਰਦ ਵਿੱਚ ਹੈ, ਹੋ ਸਕਦਾ ਹੈ ਉਹ ਤੁਹਾਡੇ ਸਾਰੇ ਦਰਦ ਨਾ ਮਿਟਾ ਸਕੇ, ਕੁਝ ਤੇ ਮਿਟਾ ਸਕਦਾ ਹੈ। ਰਹਿਬਰ ਹੈ, ਪੈਗੰਬਰ ਹੈ, ਗੁਰੂ ਅਰਜਨ ਉਹ ਹੈ ਜਿਹੜਾ ਰੰਚਕ ਮਾਤਰ ਵੀ ਦਰਦ ਵਿੱਚ ਨਹੀਂ ਹੈ। ਜੇ ਆਪ ਦਰਦ ਵਿੱਚ ਨਹੀਂ ਤੇ ਤੁਹਾਡੇ ਸਾਰੇ ਹੀ ਦੁੱਖ ਦਰਦ ਮਿਟਾ ਸਕਦਾ ਹੈ। ਸੋ ਯਾਦ ਰੱਖਿਓ, ਜਿਹੜਾ ਗੁਰੂ ਅਰਜਨ ਗੁਰੂ ਅਮਰਦਾਸ ਰਾਮਦਾਸ ਨੂੰ ਪਰਸੇਗਾ, ਉਹਦੇ ਦੁੱਖ ਮਿਟਣਗੇ, ਉਹਦੇ ਰੋਗ ਸੋਗ ਮਿਟਣਗੇ। ਤੇ ਤੁਸੀਂ ਅਕਾਲ ਪੁਰਖ ਦੇ ਸਰੂਪ ਭਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ ਦੈਟ ਪ੍ਰਵੇਡਿੰਗ ਲੋਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ। ਖੁਦਾ ਨੂੰ ਛੱਡ ਕੇ ਇੱਧਰ ਉੱਧਰ ਭਜੇ ਫਿਰਦੇ ਹੋ, ਤੁਹਾਡੀ ਕਿਸਮਤ ਫੁੱਟੀ, ਤੁਹਾਡੀ ਕਿਸਮਤ ਮਾੜੀ। ਤੇ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਕੋਲ ਸਿੱਖੀ ਹੈ। ਤੋ ਯਾਦ ਰੱਖਿਓ, ਸਿੱਖੀ ਵਰਗਾ ਕੋਈ ਧਰਮ ਨਹੀਂ ਹੈ, ਸਿੱਖੀ ਵਰਗਾ ਕੋਈ ਫਲਸਫਾ ਨਹੀਂ ਹੈ। ਤੇ ਨਾਲੇ ਵੀ ਕਹਿ ਦਵਾਂ, ਉਹ ਤੇ ਜੀ ਈਸਾਈ ਤਾਂ ਬਣੇ ਨੇ, ਉਹਨਾਂ ਦੇ ਬੱਚੇ ਫ੍ਰੀ ਪੜ੍ਹਾਏ ਗਏ। ਇਹ ਸਾਰਾ ਟਕਵੰਜ ਹੈ, ਸਾਲ ਦੋ ਸਾਲ ਦੀ ਫੀਸ ਦੇ ਕੇ ਪਖੰਡ ਕਰਦੇ ਨੇ। ਕਿਸੇ ਨੇ ਬਾਤ ਨਹੀਂ ਪੁੱਛਣੀ, ਇੱਥੇ ਸੈਂਕੜੇ ਪਰਿਵਾਰ ਵਾਪਸ ਆ ਰਹੇ ਨੇ ਸਿੱਖੀ ਵਿੱਚ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ, ਪ੍ਰੇਮ ਨਾਲ ਈਸਾਈ ਪ੍ਰਚਾਰ ਕਰਨ, ਕੋਈ ਈਸਾਈ ਬਣਦਾ ਹੈ ਤੇ ਮੁਬਾਰਕ ਹੈ, ਸਿੱਖ ਪ੍ਰਚਾਰ ਕਰਨ, ਹਿੰਦੂ ਪ੍ਰਚਾਰ ਕਰਨ, ਮੁਸਲਮਾਨ ਪ੍ਰਚਾਰ ਕਰਨ, ਕੋਈ ਬਾਤ ਨਹੀਂ, ਹੱਕ ਹੈ ਸਾਰਿਆਂ ਨੂੰ ਪ੍ਰਚਾਰ ਕਰਨ ਦਾ। ਪਰ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਉਠਾਉਣਾ, ਖਰੀਦੋ ਫਰੋਖਤ ਕਰਨੀ, ਇਹ ਧਰਮ ਨਹੀਂ ਸਿਖਾਉਂਦਾ। ਤੇ ਜੇ ਕੋਈ ਆਖੇ ਬਾਬਾ ਜੀ ਤੁਸੀਂ ਪੈਸੇ ਦੇ ਦਿਓ ਬੱਚਿਆਂ ਦੀ ਫੀਸ, ਤੂੰ ਫਿਰ ਭੁੱਲ ਗਿਆ, ਗੁਰੂ ਨਾਨਕ ਨੇ ਤੈਨੂੰ ਤੂੰ ਮੰਗਤਾ ਬਣ ਬਣ ਬਹਿੰਦਾ ਹੈ, ਮੇਥੋਂ ਮੰਗੇ ਨਾ ਈਸਾਈਆਂ ਕੋਲੋਂ ਮੰਗੇ, ਤੂੰ ਰਹਿਣਾ ਮੰਗਤਾ ਹੀ ਹੈ। ਪੜ੍ਹ ਦਵਾਂ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਸਿੱਖ ਹੀ ਉਹ ਹੈ, ਪਰਮਾਤਮਾ ਦੇ ਰਸਤੇ ਤੇ ਪਹੁੰਚ ਹੀ ਹੋ ਸਕਦਾ ਹੈ ਜਿਹੜਾ ਮੁਸ਼ਕਤ ਘਾਲਦਾ ਹੈ, ਗਰੀਬ ਗੁਰਬੇ ਨੂੰ ਵੀ ਖਵਾਉਂਦਾ ਹੈ। ਸਿੱਖ ਦਾਨੀ ਹੈ, ਦਸਵੰਧ ਕੱਢਣ ਵਾਲਾ ਹੈ, ਮੰਗਤਾ ਨਹੀਂ। ਤੇ ਜਿਹੜਾ ਮੰਗਤਾ ਹੈ ਉਹ ਸਿੱਖ ਨਹੀਂ। ਕਹਿੰਦੇ ਜੀ ਗਰੀਬੀ ਕਰਕੇ ਡੋਲ ਗਏ, ਉਹ ਬੜਾ ਗਰੀਬ ਸੀ ਭਾਈ ਜੈਤਾ, ਦਿੱਲੀ ਸੀਸ ਲੈ ਗਿਆ ਧੜ ਨਾਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ, ਕੱਲਾ ਗੱਜਿਆ ਸੀਸ ਲੈ ਕੇ ਭਾਈ ਜੈਤਾ ਆਨੰਦਾਂ ਦੀ ਪੁਰੀ ਆਉਂਦਾ ਹੈ। ਤੇ ਕਲਗੀਧਰ ਮਹਾਰਾਜ ਨੇ ਪੁੱਛਿਆ ਸੀ ਰਸਤੇ ਵਿੱਚ ਕੋਈ ਨੌਬਤ ਆਈ, ਮਹਾਰਾਜ ਤੁਹਾਡੀ ਕਿਰਪਾ, ਨੌਬਤ ਇੱਕ ਨਹੀਂ ਅਨੇਕ ਵਾਰ ਆਈ, ਪਰ ਤੇਰਾ ਸਿਰ ਤੇ ਹੱਥ ਹੈ ਨਾ ਸਤਿਗੁਰ ਮੇਰਾ, ਤਾਣ ਤਾਣਵਾ, ਗੁਰੂ ਇਸ ਪਾਵਰ ਆਫ ਪਾਵਰਲੈਸ, ਤੂੰ ਕਿੱਥੇ ਬਿੱਠ ਲੱਗਣ ਦਿੱਤੀ। ਤੇ ਸਭ ਤੋਂ ਵੱਡੀ ਨੌਬਤ ਇਹ ਆਈ ਸੀ, ਨਾਕਾ ਲੱਗਾ, ਕੁਝ ਗੱਡੇ ਨੇ ਗੱਡਿਆਂ ਤੇ ਪਰਾਲੀ ਲੱਦੀ ਹੈ, ਤੋ ਸਾਰੇ ਸਿਪਾਹੀ ਫੌਜਦਾਰ ਧਿਆਨ ਨਾਲ ਸ਼ਨਾਖਤ ਕਰ ਰਹੇ ਨੇ ਵੀ ਕਿਧਰੇ ਸੀਸ ਮਿਲ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਦਾ। ਨਹੀਂ ਮਿਲਿਆ, ਹੋਕਾ ਦਿੱਤਾ, ਮੂੰਹੋਂ ਮੰਗੇ ਇਨਾਮ, ਦੌਲਤਾਂ ਸ਼ੋਹਰਤਾਂ ਵਜ਼ੀਰੀਆਂ ਹੀਰੇ ਜਵਾਹਰਾਤ ਦੇਵਾਂਗੇ, ਸੱਤ ਪੀੜ੍ਹੀਆਂ ਅੱਗ ਲਾਇਆ ਧਨ ਨਹੀਂ ਮੁੱਕੇਗਾ, ਇੰਨਾ ਧਨ ਮਿਲੇਗਾ ਗੁਰੂ ਤੇਗ ਬਹਾਦਰ ਦਾ ਸੀਸ ਜੇ ਕੋਈ ਦੇ ਦੇਵੇ। ਤੇ ਬਾਬੇ ਜੈਤੇ ਨੇ ਸਮਝ ਲਿਆ ਸੀ ਵੀ ਜੇ ਅੱਜ ਵਿਕ ਗਏ ਤੇ ਦੁਨੀਆਂ ਤੇ ਨਾਮ ਨਹੀਂ ਰਹਿਣਾ। ਮੰਨ ਲਓ ਦੌਲਤਾਂ ਸ਼ੋਹਰਤਾਂ ਲੈ ਵੀ ਲਈਆਂ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਏ, ਸਦਾ ਰਹਿਣ ਵਾਲੀਆਂ ਨਹੀਂ, ਇੱਜ਼ਤ ਸਦਾ ਰਹਿੰਦੀ ਹੈ, ਵਡਿਆਈ ਸਦਾ ਰਹਿੰਦੀ ਹੈ, ਸਰੀਰ ਸੁੱਖ ਸਹੂਲਤਾਂ ਨਹੀਂ ਰਹਿੰਦੀਆਂ। ਭਾਈ ਜੈਤਾ ਨਹੀਂ ਡੋਲਿਆ, ਜਾਣਦਾ ਹੈ ਜੇ ਅੱਜ ਨਾ ਡੋਲਿਆ ਤੇ ਰਹਿੰਦੀ ਦੁਨੀਆਂ ਤੱਕ ਜੈ ਜੈਕਾਰ ਹੋਵੇਗੀ। ਨਹੀਂ ਸੀ ਮਾਇਆ ਵਿੱਚ ਡੋਲਿਆ, ਤਾਂ ਹੀ ਬਾਪੂ ਕਲਗੀਧਰ ਨੇ ਛਾਤੀ ਨਾਲ ਲਾ ਕੇ ਆਖਿਆ ਸੀ ਰੰਗਰੇਟਾ ਗੁਰੂ ਕਾ
बेटा लोग कहते सी भाई जैत्या तेरी जात नीवी कलगीधर सोढ़ी है छत्री है ते तू चरना दी खा की रहना है। ते बापू ने चुक के छाती नाल ला लिया सी ये ते मेरा फरजंद है गुरु का बेटा है। जेड़े वेक जांदे ने उन्हां नूं इह अदब नहीं मिलदा उन्हां दे दिहाड़े नहीं मनाए जांदे। जेड़ा अज चौवां टकियां ते विकिया कल नूं इधरों अठ टके मिल गए ने उधर नूं दौड़ जाणा ये कोई धर्मी थोड़ी है। तो याद रखियो माया दी लोड़ है दुख ने तकलीफा ने एको ही दाता है गुरु नानक गुरु ग्रंथ उहदे अगे झोली अड्या कर लोकां अगे झोली अड्डेगा ते रोज मंगेगा मगता बनेगा गुरु अगे झोली अड्डेगा ते दाता बन जावेगा बना कंडे दी पौल छाके गुरु वाले बनो इधरों उधरों कुछ नहीं जे मिलना। ते जिन्नियां गल्लां मैं बाइबल दियां सुनाईयां है कोई पादरी आके सामने बह जावे साबित कर दे भी मैं एक भी झूठ मारिया है अपना मैं कुछ सुनाया नहीं तर्क मैं किसे धर्म ते करदा नहीं जो लिखिया है ओही तुहानू सुनाया है। गुरु अर्जन खुदाया है आ गुरु अमरदास की ताकत दसा गुरु अमरदास परसिया वो हम पातक विनाश है गुरु अमरदास परसिया सिद्ध साधक आसास है गुरु अमरदास परसिया ध्यान लहिया पौ मुकै है। महाराज दुख तकलीफा 84 लाख जूना ये गुरु अमरदास कट दिंदा है गोइंदवाल ताकत है कहिंदे आ गुरु अमरदास दे दर उत्ते सारे पाप मिटणगे बड़े बड़े सिद्ध सिद्धियां करामातां हासिल जीवन रूपी बारी जित के जावेगा गुरु अमरदास परसिया अपाओ लभे गौ चुक है गौण आउणा जाणा उहदा मिट जावेगा रोग सोग उहदे मिट जाणगे। एक बिन दुगण जो तौर है जा सुमंत्र मान वह लह जाल पा पदार्थ इतड़े गुरु अमरदास डिठ है मिल है इना कुछ मिलता है गुरु अमरदास को कदे चरण परस के वेखो। ते जेड़े आंदे दे गोइंदवाल बौली साहब स्नान करके किदां 84 कटी जाती है गुरु ग्रंथ साहब कहिंदे सब रोग सोग 84 कट दिंदा है बापू गुरु अमरदास। तुसीं विचारधारा भी तो गुरु की मननी है ना निंदक इत्थे लख पूछां चुकी फिर नहीं जी इदां नहीं हुंदा मुक्ति नहीं मिलदी नहीं जी हरिमंदर साहब रोग सोग नहीं मिटदे। बाणी कहिंदी है कृपा कटाख अवलोकन कीनो दास का दुख बिदारे रोग सोग मिटाउण वाली गुरु की नदर है जदों पै गई सब चिंतावां दुख मिट जाने ने। मननी कहदी है वाहो वाहो बाणी निरंकार है तिस जे वडे अवर ना कोई बाणी ये गल कहदी है ते मननी है। देखो खेड़ी कुछ ऐसी है नानक हुक्म चलाई है साहिब लगी रीत हुक्म च ही चलना पैंदा है जिथे दाणा पानी खिल रहा सानू जाना पैंदा चुगण परदेश भी जाने है देश भी रहने है किस्मत लै जांदी है। मैं नहीं कहिंदा बाणी कहिंदी है ज्यों ज्यों तेरा हुक्म तिवै त्यों होवणा जह जह रखै आप तह जाए खड़ोवणा जिथे रखे उथे रहना पैंदा है। जदा हवा आवे ते सुके पत्ते उड के कदे इधर कदे उधर किस्मत इदां लै जांदी है। लोक धन धन करदे ने गुरु रामदास की जय जयकार करदे ने हेल टू द गुरु जय जयकार कर रहे ने सारे उहदी ते जिहड़े मूर्ख कहिंदे सिखी च करामात नहीं है उहनां दी विचारधारा ते तमाचा ए पंगती अकाल पुरख ने सोहना शरीर बना के बाबे जेठे दा धारिया है ते साडे शरीरां वांगू नहीं उहनूं धारिया पूरी होई करामात विद ऑल द मिरेकुलस पावर दैट प्रिवेडिंग लॉर्ड ही कम्स इनटू दिस वर्ल्ड इन द फॉर्म ऑफ गुरु रामदास। गुरु रामदास बन के वो प्रगट है सिख पता किवें अदब दिंदे ने सिखी अतै संगती पार ब्रह्म कर नमस्कारिया अटल उथाह अतोल तू तेरा अंत ना पारा वारिया जिनी तू सेविया भाओ कर से तुद पार उतारिया लभ लोभ काम क्रोध मोह
मार कड़े तुद सब परवारिया, धन सो तेरा थान है सच तेरा पैस कारिया, नानक तू लहना तू है गुर अमर तू विचारिया, गुर डिठा ता मन साधारिया। संगत ने परमेश्वर समझिया है गुरु रामदास नूं, ते जिन्ना समझिया पार उन्हां नूं ही कीता संसार सागर तों। जिहड़ा मन काबू नहीं आउंदा गुरु रामदास दा नाम लैके साधारिया, शुद्ध हो गया, साफ हो गया, शुद्धता आ गई, काम क्रोध लोभ मोह हंकार मिट गए। आओ गुरु रामदास दे दर दे झाड़ू बरदार बनिए, फिर ही जीवन सफला है, फिर ही रोग सोग मिटने ने। सिखी वर्गा कोई धर्म नहीं इधर उधर भटकना छड़ के, खुद खुदा गुरु ग्रंथ साहिब दे चरनी लगो, खंडे दी पौल छको दास इत्थे विचार नूं संकोचदा है भुल चुक दी खिमा, खंडे दी पौल अभिलाखी लोक छकिया करो, धक्के ना नहीं छकाउणी किसे नूं, इह छबील दा जल नहीं है। सुर नर मुंजन अमृत खोज दे सो अमृत गुरते पाया। वैसे ते कोई भी दीवान जदों लाईदा है महीने चो जे 27-28 दीवान भी हो तो तकरीबन हर दीवान ते अमृत संचार हुंदा है। किते 50 प्राणी किते 100 प्राणी अमृत छकदे ने। 10 साल हो गए दास नूं इह प्रचार प्रसार करदे, आदि बाणी दसम बाणी इतिहास दी बाणी खंडे दी पौल दी वरखा। पर मैं एक बेनती जरूर करदा हुन्ना, कथा कीर्तन सुन के अभिलाखा पैदा करो। जदों इच्छा पैदा होई अमृत दी छकोगे ना वो निभेगा, ते जे इच्छा नहीं तां को जोरी किसे ने छका दिता। अमृत ते अंदर ही रहना है पर तेथों मर्यादा नहीं निभाई जानी। सो ये मेरी बेनती है, सिख दी जिहड़ी अगमी हस्ती है बुलंद रवे, फुलवाड़ी सिखी दी प्रफुल्लत रवे। वाहिगुरु जी का खालसा, वाहिगुरु जी की फतेह।